ਹਾਂਜੀ ਸਟੂਡੈਂਟਸ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਅ ਵੈਰੀ ਇੰਪੋਰਟੈਂਟ ਐਸਪੈਕਟ ਆਫ ਹੈਲੋਜੀਨੇਸ਼ਨ ਆਫ ਐਲਕੇਨਸ ਹੈਲੋਜੀਨੇਸ਼ਨ ਆਫ ਐਲਕੇਨਸ ਦਾ ਮੈਕੈਨਿਜ਼ਮ ਆਪਾਂ ਇਨ ਡੀਟੇਲ ਪੜ ਚੁੱਕੇ ਆ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਹੈਲੋਜੀਨੇਸ਼ਨ ਆਫ ਐਲਕੇਨਸ ਦੇ ਬਾਰੇ ਉਹ ਹੈ ਰਿਐਕਟਿਵਿਟੀ ਆਫ ਡਿਫਰੈਂਟ ਹੈਲੋਜਨਸ ਟੂਵਰਡਸ ਹੈਲੋਜੀਨੇਸ਼ਨ ਆਫ ਐਲਕੇਨਸ ਵੀ نو ਦੈਟ ਵੀ ਹੈਵ 4 ਹੈਲੋਜਨਸ ਟੂ ਸਟੱਡੀ ਫਲੋਰਿਨ ਕਲੋਰੀਨ ਬ੍ਰੋਮੀਨ ਐਂਡ ਆਇਓਡੀਨ ਵਿਚ ਐਗਜ਼ਿਸਟ ਇਨ ਡਾਇਟੋਮਿਕ ਫਾਰਮ ਐਕਸ 2 x इज जनरल सिंबल फॉर द हेलोजन तो ये जेडे चार हेलोजन्स आ इना चो सब तो ज्यादा रिएक्टिव केड़ा वा टुवर्ड्स हैलोजिनेशन ऑफ एल्केन्स एंड सब तो कट रिएक्टिव केड़ा सब तो वध रिएक्टिव है फ्लोरीन f2 ते सब तो कट रिएक्टिव है आयोडीन i2 रिएक्टिव दा मतलब के जदो तुसी एल्केन दे नाल हेलोजन दी रिएक्शन कराओगे ता रिएक्शन दी स्पीड किन्नी को ओदा रेट किन्ना को आ ਜੇ ਅਗਰ ਰਿਐਕਸ਼ਨ ਦੀ ਸਪੀਡ ਬਹੁਤ ਜ਼ਿਆਦਾ ਆਇਆ ਤਾਂ ਇਹਦਾ ਮਤਲਬ ਹੈਲੋਜਨ ਜਿਹੜਾ ਆ ਉਹ ਬਹੁਤ ਰਿਐਕਟਿਵ ਆ ਫਾਰ ਇਗਜ਼ਾਮਪਲ F2 F2 ਦੀ ਕਿਸੇ ਵੀ ਅਲਕੇਨ ਦੇ ਨਾਲ ਰਿਐਕਸ਼ਨ ਬਹੁਤ ਫਾਸਟ ਹੋਏਗੀ ਉਹਦਾ ਰੇਟ ਬਹੁਤ ਜ਼ਿਆਦਾ ਹੁੰਦਾ ਕਿਉਂਕਿ F2 ਇਜ਼ ਮੋਸਟ ਰਿਐਕਟਿਵ ਰਿਐਕਟਿਵਿਟੀ ਦਾ ਇੱਕ ਜਿਹੜਾ ਰਿਜ਼ਲਟ ਨਿਕਲਦਾ ਉਹ ਹੁੰਦਾ ਸਪੀਡ ਆਫ ਰਿਐਕਸ਼ਨ ਰੇਟ ਆਫ ਰਿਐਕਸ਼ਨ ਰਿਐਕਟਿਵ ਸਬਸਟੈਂਸਸ ਦੀਆਂ ਰਿਐਕਸ਼ਨਸ ਫਾਸਟ ਹੁੰਦੀਆਂ ਤੇ ਜੇ ਮੈਂ ਗੱਲ ਕਰਾਂ ਅਲਕੇਨ ਦੇ ਉੱਪਰ ਮੈਂ ਆਇਓਡੀਨ ਪਾਇਆ I2 ਆਇਓਡੀਨ ਦੇ ਨਾਲ ਜਿਹੜੀ ਰਿਐਕਸ਼ਨ ਹੋਏਗੀ ਅਲਕੇਨ ਦੀ ਉਹ ਬਹੁਤ ਸਲੋ ਰਿਐਕਸ਼ਨ ਹੋਏਗੀ ਕਿਉਂਕਿ ਆਇਓਡੀਨ ਇਜ਼ ਲੀਸਟ ਰਿਐਕਟਿਵ ਰਿਐਕਟਿਵ ਆਫ 올 ਦਾ ਹੈਲੋਜਨਸ ਤੋਂ ਇਹ ਜਿਹੜਾ ਆਬਜ਼ਰਵਡ ਟ੍ਰੈਂਡ ਆ ਇਹ ਟ੍ਰੈਂਡ ਐਕਸਪੈਕਟਡ ਨਹੀਂ ਇਹ ਆਬਜ਼ਰਵਡ ਆ ਜੋ ਐਕਸਪੈਰੀਮੈਂਟਲੀ ਵਾਕਈ ਦੇਖਿਆ ਗਿਆ ਵਾ ਇਸ ਚੀਜ਼ ਨੂੰ ਅਸੀਂ ਐਕਸਪਲੇਨ ਕਰਨਾ ਵਾ ਇੱਕ ਐਗਜ਼ਾਮਪਲ ਲੈ ਕੇ ਤੋਂ ਆਪਾਂ ਐਗਜ਼ਾਮਪਲ ਕਿਹੜੀ ਰਿਐਕਸ਼ਨ ਦੀ ਲਈ ਆਪਾਂ ਐਗਜ਼ਾਮਪਲ ਲੈ ਲੈਨੇ ਆ ਫਾਰ ਐਗਜ਼ਾਮਪਲ ਵੀ ਟੇਕ CH4 +x2 giving ch3x hx methane di halogenation wali asi example le lende ha te x2 apa bari bari charo halogen rakke dekhe f2 cl2 br2 i2 te dekha gaya ke f2 wali reaction sab to fast hui de i2 wali reaction sab to slow hui even ho hundi hoy ni jaldi kitiyan ਠੀਕ ਹੈ ਤਾਂ ਇਸ ਟ੍ਰੈਂਡ ਨੂੰ ਐਕਸਪਲੇਨ ਕਰਨਾ ਵਾ ਆਪਾਂ ਹੁਣ ਕਿ ਐਦਾਂ ਕਿਉਂ ਹੁੰਦਾ ਤੋਂ ਇਸ ਟ੍ਰੈਂਡ ਨੂੰ ਐਕਸਪਲੇਨ ਕਰਨ ਦੇ ਲਈ ਅਸੀਂ ਹੈਲੋਜੀਨੇਸ਼ਨ ਦੇ ਮੈਕੈਨਿਜ਼ਮ ਵੱਲ ਜਾਂਦੇ ਹਾਂ ਮੈਕੈਨਿਜ਼ਮ ਇਜ਼ ਫ੍ਰੀ ਰੈਡੀਕਲ ਮੈਕੈਨਿਜ਼ਮ ਕੰਪੋਜ਼ਡ ਆਫ 3 ਮੇਨ ਟਾਈਪਸ ਆਫ ਸਟੈਪਸ ਚੇਨ ਇਨੀਸ਼ੀਏਸ਼ਨ ਸਟੈਪ ਥੈਟ ਇਜ਼ ਡਿਸੋਸੀਏਸ਼ਨ ਆਫ ਹੈਲੋਜਨ ਇੰਟੂ ਰੈਡੀਕਲਸ ਚੇਨ ਪ੍ਰੋਪੇਗੇਸ਼ਨ ਸਟੈਪ ਵਿਚ ਇਨਵੋਲਵਸ ਦਾ ਅਟੈਕ ਆਫ ਹੈਲੋਜਨ ਰੈਡੀਕਲ ਅਪਨ ਐਲਕੇਨ ਦਾ ਹੈਲੋਜਨ ਰੈਡੀਕਲ

ਔਰ ਚੇਨ ਪ੍ਰੋਪਿਗੇਸ਼ਨ ਸਟੈਪ ਦੇ ਵਿੱਚ ਹੋਰ ਵੀ ਜਿਹੜੇ ਬਹੁਤ ਸਾਰੇ ਸਟੈਪਸ ਹੁੰਦੇ ਆ ਲੇਕਿਨ ਆ ਦੋ ਮੇਨ ਸਟੈਪਸ ਆ ਜਿਹਦੇ ਵਿੱਚ ਅਲਕਾਇਲ ਹਲਾਈਡ ਬਣ ਰਿਹਾ ਵਾ ਉਹ ਕਿੱਦਾਂ ਬਣ ਰਿਹਾ ਉਹ ਅਲਕਾਇਲ ਰੈਡੀਕਲ ਪਹਿਲਾਂ ਬਣਦਾ ਫਿਰ ਅਲਕਾਇਲ ਰੈਡੀਕਲ ਤੋਂ ਅਲਕਾਇਲ ਹਲਾਈਡ ਬਣਦਾ ਤਾਂ ਇਹ ਜਿਹੜੇ ਤਿੰਨ ਸਟੈਪਸ ਮੈਂ ਲਿਖਿਆ ðiis are the three main steps of halogenation of alkanes ਔਰ ਇਹ ਤਿੰਨੋਂ ਸਟੈਪਸ ਹੀ ਜਿਹੜੇ ਆ ਰਿਸਪੌਂਸੀਬਲ ਆ ਇਸ ਪੂਰੀ ਰਿਐਕਸ਼ਨ ਦੀ ਰੇਟ ਨੂੰ ਕੰਟਰੋਲ ਕਰਨ ਦੇ ਵਿੱਚ ਔਰ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਮੇਨ ਸਟੈਪ ਐਸ ਆਇਆ ਵਿਚ ਇਜ਼ ਦਾ ਰੇਟ ਡਿਟਰਮਨਿੰਗ ਸਟੈਪ ਹੈਗੇ ਤਿੰਨੋਂ ਮੇਨ ਆ ਕਿਉਂਕਿ ਇਹ ਤਿੰਨ ਮੇਨ ਕਿਉਂ ਆ ਕਿਉਂਕਿ ਇਹ ਤਿੰਨੋਂ ਮਿਲ ਕੇ ਅਲਕਾਈਲ ਹਲਾਈਡ ਦੀ ਫਾਰਮੇਸ਼ਨ ਨੂੰ ਜਸਟੀਫਾਈ ਕਰ ਰਿਹਾ ਫਾਰਮੇਸ਼ਨ ਨੂੰ ਦਿਖਾ ਰਿਹਾ ਵੀ ਕਿੱਦਾਂ ਅਲਕਾਈਲ ਹਲਾਈਡ ਬਣਦਾ ਬਾਕੀ ਜਿੰਨੇ ਵੀ ਆਪਾਂ ਚੇਨ ਪ੍ਰੋਪਿਗੇਸ਼ਨ ਸਟੈਪਸ ਲਿਖਦੇ ਆ ਉਹਦੇ ਵਿੱਚ ਪੋਲੀ ਹੈਲੋਜਨ ਐਲਕੇਨਸ ਬਣਦੇ ਆ ਪੋਲੀ ਹਲਾਈਡਸ ਮਤਲਬ ਡਾਈ ਹੈਲੋਜਨ ਬਣ ਗਏ ਟ੍ਰਾਈ ਹੈਲੋਜਨ ਬਣ ਗਏ ਬੜੇ ਸੀ ਆਪਾਂ ਡਾਈਕਲੋਰੋਮੀਥੇਨ ਟ੍ਰਾਈਕਲੋਰੋਮੀਥੇਨ ਟੈਟਰਾਕਲੋਰੋਮੀਥੇਨ ਤੋਂ ਓਨਓਅਰ ਸੀ ਡਿਸਕਸ ਨਹੀਂ ਕਰਦੇ ਅਸੀਂ ਮੋਨੋ ਹੈਲੋਐਲਕੇਨ ਦੀ ਗੱਲ ਕਰਨੀ ਹੈ ਜਿੱਦਾਂ ਇੱਥੇ ਮੰਨ ਲਓ ਕਲੋਰੋਮੀਥੇਨ ਜਾਂ ਬਰੋਮੋਮੀਥੇਨ ਜਾਂ ਫਲੋਰੋਮੀਥੇਨ ਆਇਓਡੋਮੀਥੇਨ ਸਿਰਫ ਇਹ ਸਾਡਾ ਮੇਨ ਸਾਡਾ ਮੇਨ ਪ੍ਰੋਡਕਟ ਵੈਸੇ ਵੀ ਇਹ ਜਿਹੜੇ ਬਾਕੀ ਬਣਦੇ ਆ ਉਹ ਸਾਰੇ ਸਾਈਡ ਪ੍ਰੋਡਕਟਸ ਹੁੰਦੇ ਆ ਤਾਂ ਇਹ ਤਿੰਨੋਂ ਸਟੈਪਸ ਮਿਲ ਕੇ ਸਾਡੇ ਐਲਕਾਇਲ ਹਲਾਈਡ ਦੀ ਯਕੈਲੋ ਹੈਲੋਐਲਕੇਨ ਦੀ ਫਾਰਮੇਸ਼ਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਰਹੇ ਆ ਤਾਂ ਕਰਕੇ ਇਹੀ ਤਿੰਨੋਂ ਮੇਨ ਸਟੈਪਸ ਆ ਸਾਡੇ ਅੱਛਾ ਇਹਨਾਂ ਤਿੰਨਾਂ ਦੇ ਵਿੱਚੋਂ ਹੁਣ ਇੱਕ ਰੇਟ ਡਿਟਰਮਨਿੰਗ ਸਟੈਪ ਆ ਰੇਟ ਡਿਟਰਮਨਿੰਗ ਸਟੈਪ ਐਸਾ ਸਟੈਪ ਹੁੰਦਾ ਜਿਹੜਾ ਪੂਰੇ ਰਿਐਕਸ਼ਨ ਦੀ ਓਵਰਆਲ ਰੇਟ ਨੂੰ ਕੰਟਰੋਲ ਕਰਦਾ ਇਸ ਪੂਰੀ ਰਿਐਕਸ਼ਨ ਦੀ ਰੇਟ ਇਹਨਾਂ ਤਿੰਨਾਂ ਸਟੈਪਸ ਦੇ ਵਿੱਚੋਂ ਕਿਹੜੇ ਸਟੈਪ ਤੇ ਡਿਪੈਂਡ ਕਰਦੀ ਆ ਹੁਣ ਆਪਾਂ ਉਹ ਡਿਸਕਸ ਕਰਨਾ ਵਾ ਇਸ ਪੂਰੀ ਰਿਐਕਸ਼ਨ ਦੀ ਰੇਟ F2 ਵਾਸਤੇ ਸਭ ਤੋਂ ਜ਼ਿਆਦਾ ਹੋਏਗੀ Cl2 ਵਾਸਤੇ ਉਸ ਤੋਂ ਘੱਟ Br2 ਵਾਸਤੇ ਉਸ ਤੋਂ ਘੱਟ I2 ਵਾਸਤੇ ਉਸ ਤੋਂ ਘੱਟ ਕਿਉਂਕਿ F2 ਇਸ ਮੋਸਟ ਰੈਕਟਿਵ I2 ਇਸ ਲੀਸਟ ਰੈਕਟਿਵ ਉਹੀ ਚੀਜ਼ ਹੋਣਾ ਆਪਾਂ ਐਕਸਪਲੇਨ ਕਰਨੀ ਆ ਥੈਟ ਹਾਊ ਥੀਸ ਸਟੈਪਸ অর ਵਿਚ ਆਊਟ ਆਫ ਥੀਸ 3 ਸਟੈਪਸ ਐਕਸਪਲੇਨ ਥਿਸ ਰੀਐਕਟਿਵਿਟੀ ਟ੍ਰੈਂਡ ਸਕਸੈਸਫੁਲੀ ਤੋ ਪਹਿਲਾ ਪਹਿਲੇ ਸਟੈਪ ਦੀ ਗੱਲ ਕਰੋ ਪਹਿਲੇ ਸਟੈਪ ਦੇ ਲਈ ਜਦੋਂ ਹੈਲੋਜਨ ਫਲੋਰਿਨ ਹੋਵੇ डेल्टा एच व्हाट इज डेल्टा एच डेल्टा एच इज एनथेलपी ऑफ रिएक्शन एनथेलपी ऑफ रिएक्शन डेल्टा एच की वैल्यू जो इत टू हो प्लस वन फिफ्टी नाइन है प्लस साइन का मतलब एनर्जी इज प्रोवाइड एंडोथर्मिक प्रोसेस अगर सी एल टू होएगा तो भी एंडोथर्मिक बीआर टू आई टू तो भी لیکن ਤੁਸੀਂ ਦੇਖੋ ਕਿ ਸਭ ਤੋਂ ਜ਼ਿਆਦਾ એનર્ਜੀ ਸਾਨੂੰ ਦੇਣੀ ਪੈ ਰਹੀ ਆ Cl2 ਦੇ ਕੇਸ ਦੇ ਵਿੱਚ Cl2 ਨੂੰ ਤੋੜਨ ਦੇ ਲਈ Cl2 ਦੇ Cl ਰੈਡੀਕਲ ਬਣਾਉਣ ਦੇ ਲਈ ਸਾਨੂੰ 242.5 ਕਿਲੋਜਾਊਲ ਪਰ ਮੋਲ એનર્ਜੀ ਦੇਣੀ ਪੈ ਰਹੀ ਥਿਸ ਡੈਲਟਾ H ਇਜ਼ ਇਨ ਕਿਲੋਜਾਊਲ ਪਰ ਮੋਲ ਤਾਂ ਇਹਦਾ ਮਤਲਬ Cl2 ਸਭ ਤੋਂ ਲੇਟ ਬ੍ਰੇਕ ਕਰੂਗਾ Cl2 ਦੀ ਰिएक्टਿਵਿਟੀ ਫਿਰ ਸਭ ਤੋਂ ਘੱਟ ਹੋ ਗਈ Cl2 ਦੀ ਡਿਸੋਸੀਏਸ਼ਨ ਸਭ ਤੋਂ ਲੇਟ ਹੋਈ ਯਕੀਉਂ ਉਹਨੂੰ એનર્ਜੀ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਦੇਣੀ ਪੈ ਰਹੀ ਆ ਉਹਦੀ ਇਸ ਸਟੈਪ ਦੀ ਐਕਟੀਵੇਸ਼ਨ એનર્ਜੀ ਐਕਟੀਵੇਸ਼ਨ એનર્ਜੀ ਕੀ ਹੁੰਦੀ ਜਿਹੜੀ ਅਸੀਂ ਬਾਹਰ એનર્ਜੀ ਸਪਲਾਈ ਕਰੀਏ ਰਿਐਕਸ਼ਨ ਨੂੰ ਕਰਵਾਉਣ ਦੇ ਲਈ Cl2 ਵਾਸਤੇ ਇਹ ਫਰਸਟ ਸਟੈਪ ਦੀ ਐਕਟੀਵੇਸ਼ਨ એનર્ਜੀ ਸਭ ਤੋਂ ਜ਼ਿਆਦਾ ਕਿਉਂਕਿ ਇਹਨੂੰ ਅਸੀਂ ਸਭ ਤੋਂ ਜ਼ਿਆਦਾ એનર્ਜੀ ਦੇ ਰਹੇ ਆ ਉਸ ਤੋਂ ਬਾਅਦ Br2 ਉਸ ਤੋਂ ਬਾਅਦ F2 ਉਸ ਤੋਂ ਬਾਅਦ I2 ਤਾਂ ਅਗਰ ਮੈਂ ਫਰਸਟ ਸਟੈਪ ਦੇ ਬੇਸਿਸ ਤੇ ਗੱਲ ਕਰਾਂ ਫਰਸਟ ਸਟੈਪ ਦੇ ਬੇਸਿਸ ਦੇ ਉੱਪਰ ਸਭ ਤੋਂ ਘੱਟ એનર્ਜੀ I2 ਨੂੰ ਦੇਣੀ ਪੈ ਰਹੀ ਹੈ ਇਹਦਾ ਮਤਲਬ I2 ਸਭ ਤੋਂ ਜਲਦੀ ਬ੍ਰੇਕ ਕਰੇਗਾ ਤਾਂ ਅਗਰ ਇੱਥੇ I2 ਹੋਊਗਾ ਤਾਂ ਰਿਐਕਸ਼ਨ ਸਭ ਤੋਂ ਫਾਸਟ ਹੋਏਗੀ ਉਸ ਤੋਂ ਬਾਅਦ F2 ਉਸ ਤੋਂ ਬਾਅਦ Br2 ਉਸ ਤੋਂ ਬਾਅਦ Cl2 ਤਾਂ ਰਿਐਕਟਿਵਿਟੀ ਟ੍ਰੈਂਡ ਕੀ ਬਣਿਆ ਫਸਟ ਸਟੈਪ ਦੀ ਅਗਰ ਅਸੀਂ ਗੱਲ ਕਰੀਏ I2 ਮੋਸਟ ਰਿਐਕਟਿਵ ਦੈਨ F2 ਦੈਨ Br2 ਦੈਨ Cl2 ਲੇਕਿਨ ਐਕਚੁਅਲ ਟ੍ਰੈਂਡ ਦਾ ਕੁਝ ਹੋ ਰਹੀ ਆ ਇਹਦਾ ਮਤਲਬ ਫਸਟ ਸਟੈਪ is not rate determining step kyunki je first step rate determining step hunda fir aa wala actual order huna si then the actual order of reactivity of different halogens should have been this one ke iodine sab to vadde reactive hunda je puri reaction de rate nu first step control karda hunda agar first step rate determining step hunda taa aa order hona si reactivity da to eda matlab first step is not rate determining step fir aap gall karde ha third step ਸਟੈਪ ਨੰਬਰ 3 ਤੋਂ ਸਟੈਪ ਨੰਬਰ 3 ਦੀ ਅਗਰ ਤੁਸੀਂ ਦੇਖੋ ਤਾਂ ਅਗਰ ਇੱਥੇ F2 ਹੋਵੇ ਇਫ देयर ਇਜ਼ F2 ਤਾਂ એનર્ਜੀ ਰਿਲੀਜ਼ ਹੋ ਰਹੀ ਹੈ -292 ਚਾਰੋਂ ਕੇਸਿਸ CL2 ਦੇ ਕੇਸ ਵੀ Br2 ਦੇ ਕੇਸ ਵੀ I2 ਦੇ ਕੇਸ ਵੀ ਇਫ देयर ਇਜ਼ F2 Cl2 Br2 I2 ਚਾਰੋਂ ਕੇਸਿਸ ਦੇ ਵਿੱਚ 3rd ਸਟੈਪ ਦੀ ਡੈਲਟਾ H ਵੈਲਿਊ ਨੈਗੇਟਿਵ ਨੈਗੇਟਿਵ ਦਾ ਮਤਲਬ ਐਗਜ਼ੋਥਰਮਿਕ ਪ੍ਰੋਸੈਸ ਜਿਹੜੀ એનર્ਜੀ ਆ ਉਹ ਬਾਹਰ ਨਿਕਲ ਰਹੀ ਆ ਲੇਕਿਨ ਇੱਕ ਚੀਜ਼ ਤੁਸੀਂ ਆਬਜ਼ਰਵ ਕਰੋ ਕਿ Cl Br اور I اگر ایتھے Cl2 ਹੋਵੇ Br2 ਹੋਵੇ I2 ਹੋਵੇ ਇਹਨਾਂ ਤਿੰਨੋਂ ਕੇਸਿਸ ਦੇ ਵਿੱਚ એનર્ਜੀ ਆਲਮੋਸਟ ਇਕੁਅਲ ਬਾਹਰ ਨਿਕਲ ਰਹੀ ਆ ਬਹੁਤ ਥੋੜਾ ਫਰਕ ਆ ਦੇਖੋ in case of cl2 br2 and i2 the amount of energy released is almost same ida matlab je itthe cl2 hoga br2 hoga i2 hoga tina di rate almost same hoegi jehde exothermic process hunde usually oh fast hunde a kyuki inna jo heat bahar nikaldi hai na ta assi keh dene hunde ke oh spontaneous process aa oh jaldi ho sakde hai ab ek possibility hundi hai to ਅਗਰ ਇਥੇ Cl2 ਹੋ BR2 ਹੋ I2 ਹੋ ਤਿੰਨੋਂ ਕੇਸਿਸ ਚ ਕਿਉਂਕਿ ਆਲਮੋਸਟ ਸੇਮ એનર્ਜੀ ਬਾਹਰ ਨਿਕਲ ਰਹੀ ਆ ਤੋ ਤਿੰਨੋਂ ਹੈਲੋਜਨਸ ਦੇ ਲਈ ਇਸ ਸਟੈਪ ਦੀ ਰੇਟ ਆਲਮੋਸਟ ਸੇਮ ਹੋਣੀ ਚਾਹੀਦੀ ਆ ਤੇ F2 ਵਾਸਤੇ ਕਿਉਂਕਿ ਬਹੁਤ ਜ਼ਿਆਦਾ એનર્ਜੀ ਬਾਹਰ ਨਿਕਲ ਰਹੀ ਆ ਅਗਰ ਇਥੇ F2 ਹੋਏਗਾ ਤਾਂ ਐਕਟੀਵੇਸ਼ਨ એનર્ਜੀ ਬਹੁਤ ਕੱਟ ਹੋਏਗੀ ਤਾਂ ਉਹ ਉਸ ਤੋਂ ਵੀ ਜਲਦੀ ਇਹ ਰਿਐਕਸ਼ਨ ਹੋਏਗੀ ਤੋ F2 ਵਾਲੀ ਰਿਐਕਸ਼ਨ ਸਭ ਤੋਂ ਫਾਸਟ ਹੋਏਗੀ जबकि एफ़ टू के केस स्टैप दे ड्यूरिंग एनर्जी सब तो ज़्यादा बार आ रही एक्टिवेशन एनर्जी सब तो घट होएगी फॉर एफ टू सब तो ज़्यादा स्पीड होएगी ठीक है एफ टू की स्पीड सब तो ज़्यादा अगर इतने एफ़ टू लेकिन सी एल टू बी आर टू तो आई टू इन वास्ते रेट ऑलमोस्ट सेम होएगा बट दिस इज़ नॉट द ट्रेंड सी एल टू ही रेट ऑफ रिएक्शन ज़्यादा होएगा बी आर टू तो ਵਿਚ ਵਿਲ ਬੀ ਮੋਰ ਦੈਨ I2 ਤੋ ਇਹਦਾ ਮਤਲਬ ਜੇ ਸਟੈਪ 3 ਰੇਟ ਡਿਟਰਮਿਨਿੰਗ ਸਟੈਪ ਹੁੰਦਾ ਤਾਂ ਫਿਰ ਐਕਚੁਅਲ ਆਰਡਰ ਆਣਾ ਸੀ ਲੇਕਿਨ ਐਕਚੁਅਲ ਆਰਡਰ ਆ ਨਹੀਂਗਾ ਆਇਆ ਇਹਦਾ ਮਤਲਬ ਸਟੈਪ 3 ਇਜ਼ ਆਲਸੋ ਨਾਟ ਰੇਟ ਡਿਟਰਮਿਨਿੰਗ ਸਟੈਪ ਜਿਹਦਾ ਸਟੈਪ 1 ਨਹੀਂ ਸੀਗਾ ਉਹਦੀ ਸਟੈਪ 3 ਵੀ ਨਹੀਂ ਹੈਗਾ ਹੁਣ ਆਪਾਂ ਗੱਲ ਕਰਦੇ ਹਾਂ ਸਟੈਪ 2 ਦੀ ਚੈੱਕ ਕਰੀਏ ਕਿ ਸਟੈਪ 2 ਰੀਡਿਟਰਮਨਿੰਗ ਸਟੈਪ ਆ ਤੋ ਸਟੈਪ 2 ਦੇ ਵਿੱਚ ਅਗਰ ਤੁਸੀਂ ਦੇਖੋ ਆਹ ਵਾਲਾ ਜਿਹੜਾ ਸਟੈਪ ਆ ਇਸ ਸਟੈਪ ਦੇ ਲਈ ਅਗਰ ਇੱਥੇ ਐਫ ਰੈਡੀਕਲ ਹੋਏਗਾ ਅਗਰ ਇੱਥੇ ਹੈਲੋਜਨ ਐਫ ਹੋਏਗਾ ਤਾਂ ਇਸ ਸਟੈਪ ਦੀ ਡੈਲਟਾ ਐਚ ਵੈਲਿਊ ਨੈਗੇਟਿਵ ਨੈਗੇਟਿਵ ਦਾ ਮਤਲਬ ਐਗਜ਼ੋਥਰਮਿਕ ਐਗਜ਼ੋਥਰਮਿਕ ਮਤਲਬ ਐਕਟੀਵੇਸ਼ਨ એનર્ਜੀ ਬਹੁਤ ਘੱਟ ਹੋਏਗੀ very less activation energy تے جے ایکٹیویشن انرجی ਆف ریਐਕਸ਼ਨ ਘਟ ਹੋਵੇ تا ਅਸੀਂ ਕੈਮੀਕਲ ਕਾਈਨੇਟਿਕਸ ਪੜਦੇ ਹਾਂ ਰੇਟ ਆਫ ਰਿਐਕਸ਼ਨ ਫਾਸਟ ਹੁੰਦੀ ਆ ਇਹਦਾ ਮਤਲਬ ਇਸ ਸਟੈਪ ਦੀ ਸਪੀਡ ਸਭ ਤੋਂ ਜ਼ਿਆਦਾ ਹੋਏਗੀ ਅਗਰ ਇੱਥੇ ਐਫ ਹੋਏਗਾ ਕਿਉਂਕਿ ਇਹ ਪ੍ਰੋਸੈਸ ਫਿਰ ਐਗਜ਼ੋਥਰਮਿਕ ਹੋਏਗਾ ਦੀ ਐਕਟੀਵੇਸ਼ਨ એનર્ਜੀ ਇਸ ਸਟੈਪ ਦੀ ਬਹੁਤ ਘਟ ਹੋਏਗੀ ਫਿਰ ਅਗਰ ਅਸੀਂ Cl2 ਦੀ ਕਲੋਰਿਨ ਦੀ ਗੱਲ ਕਰੀ ਅਗਰ ਇੱਥੇ ਕਲੋਰਿਨ ਰੈਡੀਕਲ ਹੋਏਗਾ ਤਾਂ ਪ੍ਰੋਸੈਸ ਐਂਡੋਥਰਮਿਕਾ ਕਿਉਂਕਿ ਡੈਲਟਾ H ਪੋਜ਼ਿਟਿਵ ਆ ਲੇਕਿਨ ਬਹੁਤ ਘੱਟ એનર્ਜੀ ਦੇਣੀ ਪੈ ਰਹੀ ਆ ਬਹੁਤ ਘੱਟ ਤਾਂ ਇਹਦਾ ਮਤਲਬ ਅਗਰੇ ਤੇ ਕਲੋਰਿਨ ਰੈਡੀਕਲ ਹੋਏਗਾ ਤਾਂ ਜਿਹੜੀ ਸਪੀਡ ਆਫ ਦਿਸ ਸਟੈਪ ਆ ਸਭ ਤੋਂ ਜ਼ਿਆਦਾ ਸਪੀਡ ਤਾਂ ਦੇਖੋ F2 ਦੇ ਕੇਸ ਚ ਹੋਏਗੀ ਫਲੋਰਿਨ ਦੇ ਕੇਸ ਚ ਕਿਉਂਕਿ ਐਗਜ਼ੋਥਰਮਿਕ ਸਟੈਪ ਹੋ ਜਾਏਗਾ ਇਹ ਵਾਲਾ ਉਸ ਤੋਂ ਬਾਅਦ ਵਾਰੀ ਆਏਗੀ Cl2 ਦੀ ਕਿਉਂਕਿ Cl2 ਅਗਰੇ ਤੇ Cl ਰੈਡੀਕਲ ਹੋਏਗਾ ਤਾਂ એનર્ਜੀ ਜ਼ਿਆਦਾ ਨਹੀਂ ਦੇਣੀ ਪੈ ਰਹੀ ਫਿਰ ਉਸ ਤੋਂ ਬਾਅਦ ਅਗਰ ਅਸੀਂ Br ਦੀ ਗੱਲ ਕਰੀਏ Br ਵਾਸਤੇ એનર્ਜੀ ਕਲੋਰਿਨ ਤੋਂ ਜ਼ਿਆਦਾ ਦੇਣੀ ਪੈ ਰਹੀ ਲੇਕਿਨ ਆਇਓਡੀਨ ਤੋਂ ਘੱਟ ਇਹਦਾ ਮਤਲਬ Br2 ਦੇ ਕੇਸ 'ਚ A ਇਸ ਸਟੈਪ ਦੀ ਸਪੀਡ ਜਿਹੜੀ ਆ ਉਹ Cl2 ਤੋਂ ਘੱਟ ਹੋਏਗੀ ਲੇਕਿਨ I2 ਤੋਂ ਜ਼ਿਆਦਾ ਹੋਏਗੀ ਕਿਉਂਕਿ I2 ਦੇ ਕੇਸ 'ਚ ਸਾਨੂੰ એનર્ਜੀ ਬਹੁਤ ਜ਼ਿਆਦਾ ਦੇਣੀ ਪੈ ਰਹੀ ਹੈ ਇਹਦਾ ਮਤਲਬ ਅਗਰ ਇਥੇ I ਰੈਡੀਕਲ ਹੋਏਗਾ ਤਾਂ A ਇਸ ਸਟੈਪ ਦੀ ਐਕਟੀਵੇਸ਼ਨ એનર્ਜੀ ਬਹੁਤ ਜ਼ਿਆਦਾ ਹੋਏਗੀ ਤੇ ਐਕਟੀਵੇਸ਼ਨ એનર્ਜੀ ਜ਼ਿਆਦਾ ਹੋਏਗੀ ਤਾਂ ਡੈਫੀਨਿਟਲੀ ਰੇਟ ਘੱਟ ਹੋਏਗੀ ਤੋਂ ਸਟੈਪ 2 ਦੇ ਅਕੋਰਡਿੰਗਲੀ ਜਿਹੜਾ ਟਰੈਂਡ ਬਣ ਰਿਹਾ ਵਾ ਰੀਐਕਟਿਵਿਟੀ ਆਫ ਡਿਫਰੈਂਟ ਹੈਲੋਜਨਸ ਦਾ ਉਹ ਐਗਜ਼ੈਕਟਲੀ ਉਹੀ ਆ ਜੋ ਸੱਚੀ ਐਕਸਪੈਰੀਮੈਂਟਲੀ ਅਸੀਂ ਓਵਰਆਲ ਰਿਐਕਸ਼ਨ ਵਾਸਤੇ ਦੇਖਿਆ ਵਾ ਦਾ ਰਿਐਕਟਿਵਿਟੀ ਆਰਡਰ ਆਫ ਡਿਫਰੈਂਟ ਹੈਲੋਜਨਸ ਟੂਵਾਰਡਸ ਹੈਲੋਜੀਨੇਸ਼ਨ ਆਫ ਐਲਕੇਨਸ ਦਾ ਓਵਰਆਲ ਫਾਰ ਓਵਰਆਲ ਰਿਐਕਸ਼ਨ ਮੈਚਸ ਵਿਦ ਦਾ ਟ੍ਰੈਂਡ ਫਾਰ ਸੈਕੰਡ ਸਟੈਪ ਇਹਦਾ ਮਤਲਬ ਸੈਕੰਡ ਸਟੈਪ ਇਜ਼ ਦਾ ਰੇਟ ਡਿਟਰਮਿਨਿੰਗ ਸਟੈਪ ਸਾਰੀ ਰਿਐਕਸ਼ਨ ਦੀ ਰੇਟ ਨੂੰ ਆਹ ਵਾਲੀ ਰਿਐਕਸ਼ਨ ਦੀ ਰੇਟ ਨੂੰ ਓਵਰਆਲ ਰੇਟ ਨੂੰ ਸਟੈਪ 2 ਨੇ ਕੰਟਰੋਲ ਕੀਤਾ ਹੋਇਆ ਸਟੈਪ 2 ਦੀ ਰੇਟ ਇਜ਼ ਦਾ ਰੇਟ ਆਫ ਓਵਰਆਲ ਰਿਐਕਸ਼ਨ ਆ ਟ੍ਰੈਂਡ ਵੀ ਮੈਚ ਕਰ ਗਿਆ ਨਾ ਉਥੋਂ ਅਸੀਂ ਇਹ ਚੀਜ਼ ਨੂੰ ਵੈਰੀਫਾਈ ਕੀਤਾ ਹੈ ਤੋ ਇਟ ਮੀਨਸ ਆਊਟ ਆਫ ਥੀਸ 3 ਮੇਨ ਸਟੈਪਸ ਆਫ ਮੈਕੈਨਿਜ਼ਮ ਦਾ ਸਟੈਪ 2 ਇਜ਼ ਦਾ ਰੇਟ ਡਟਰਮਿੰਗ ਸਟੈਪ ਇਟ ਇਜ਼ ਦਾ ਸਲੋਇਸਟ ਸਟੈਪ ਆਫ ਆਲ ਦਾ 3 ਮੇਨ ਸਟੈਪਸ ਹੁਣ ਇਸ ਤੋਂ ਬਾਅਦ ਬੇਟਾ ਆਪਾਂ ਗੱਲ ਕਰਦੇ ਆਂ ਨੰਬਰ ਆਫ ਇਫੈਕਟਿਵ ਕੋਲੀਜਨਸ ਦੀ ਜਾਂ ਫ੍ਰੈਕਸ਼ਨ ਆਫ ਇਫੈਕਟਿਵ ਕੋਲੀਜਨਸ ਦੀ ਅਸੀਂ ਕੋਲੀਜਨ ਥਿਊਰੀ ਪੜ੍ਹਦੇ ਆਂ ਕੋਲੀਜਨ ਥਿਊਰੀ ਸਾਨੂੰ ਇਹ ਕਹਿੰਦੀ ਆ ਕਿ ਜਿਹੜੇ ਰਿਐਕਟੈਂਟਸ ਹੁੰਦੇ ਆ ਉਹਨਾਂ ਦੇ ਵਿਚਕਾਰ ਕੋਲੀਜਨਸ ਹੁੰਦੇ ਆ ਤਾਂ ਰਿਐਕਸ਼ਨ ਸ਼ੁਰੂ ਹੁੰਦੀ ਆ ਲੇਕਿਨ ਸਾਰੇ ਕੋਲੀਜਨ ਇਫੈਕਟਿਵ ਨਹੀਂ ਹੁੰਦੇ ਕਿਉਂਕਿ ਸਾਰੇ ਕੋਲੀਜਨ એનર્ਜੀ ਬੈਰੀਅਰ ਨੂੰ ਕਰਾਸ ਨਹੀਂ ਕਰ ਸਕਦੇ ਸਾਰੇ ਕੋਲੀਜਨ ਔਰੀਐਂਟੇਸ਼ਨ ਬੈਰੀਅਰ ਨੂੰ ਕਰਾਸ ਨਹੀਂ ਕਰ ਸਕਦੇ ਇਹ ਕੈਮੀਕਲ ਕਾਈਨੇਟਿਕਸ ਦਾ Part ਆ ਤੋ ਆਪਾਂ ਨੰਬਰ ਆਫ ਇਫੈਕਟਿਵ ਕੋਲੀਜਨ ਜਾਂ ਫ੍ਰੈਕਸ਼ਨ ਆਫ ਇਫੈਕਟਿਵ ਕੋਲੀਜਨਸ ਚੈੱਕ ਕਰਦੇ ਹੁੰਦੇ ਆ ਕਿ ਜੇ ਮੰਨ ਲਓ ਦੋ ਮੋਲੀਕਿਊਲਸ ਆ ਉਹ ਆਪਸ ਕੋਲਾਈਡ ਕਰ ਰਹੇ ਆ ਰਿਐਕਸ਼ਨ ਸਟਾਰਟ ਕਰਨ ਦੇ ਲਈ ਦੀਜ਼ ਆਰ ਦਾ ਟੂ ਮੋਲੀਕਿਊਲਸ ਰਿਐਕਟੈਂਟ ਮੋਲੀਕਿਊਲਸ ਵਿਚ ਆਰ ਕੋਲਾਈਡਿੰਗ ਵਿਦ ਈਚ ਅਦਰ ਟੂ ਸਟਾਰਟ ਆ ਰਿਐਕਸ਼ਨ ਤਾਂ ਇਹਨਾਂ ਦੇ ਇੱਕ ਕੋਲੀਜਨ ਦੇ ਨਾਲ ਰਿਐਕਸ਼ਨ ਸ਼ੁਰੂ ਹੋਵੇ ਇਹ ਜ਼ਰੂਰੀ ਨਹੀਂ ਹੈ जरूरी निगा कि ओवर वाला कोलिजन इफेक्टिव हो गई हो जी रेट ऑफ रिएक्शन आ इट इज प्रीमैरली डिपेंडेंट अपॉन फ्रैक्शन ऑफ इफेक्टिव कलीज नंबर ऑफ ते भी डिपेंड करती है लेकिन फ्रैक्शन ऑफ इफेक्टिव कलीजनस ते ज़्यादा डिपेंड करती है ਨੰਬਰ ਆਫ ਇਫੈਕਟਿਵ ਕੋਲੀਜਨਸ ਜਿੰਨੇ ਜ਼ਿਆਦਾ ਹੋਣਗੇ ਰੇਟ ਆਫ ਰਿਐਕਸ਼ਨ ਉਨੀ ਜ਼ਿਆਦਾ ਹੋ ਜਾਏਗੀ ਠੀਕ ਹੈ ਜੀ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਫਲੋਰਿਨੇਸ਼ਨ ਦੀ ਆਪਾਂ ਇੱਕ ਚੀਜ਼ ਤਾਂ ਸਿੱਖ ਲਈ ਆ ਉਹ ਇਹ ਸਿੱਖੀ ਆ ਕਿ ਸਟੈਪ 2 ਜਿਹੜਾ ਆ ਇਸ ਦਾ ਰੇਟ ਡਿਟਰਮਿਨਿੰਗ ਸਟੈਪ ਸਾਰੀਆਂ ਗੱਲਾਂ ਸਟੈਪ 2 ਨਾਲ ਰਿਲੇਟ ਕਰਕੇ ਕਰਨੀਆਂ ਹੁਣ ਆਪਾਂ ਜਿਹੜੀ ਆ ਓਵਰਆਲ ਰਿਐਕਸ਼ਨ ਹਨਾ ਇਸ ਸਾਰੀ ਰਿਐਕਸ਼ਨ ਦੀ ਸਪੀਡ ਇਹਦੀ ਸਪੀਡ ਤੇ ਡਿਪੈਂਡ ਕਰਦੀ ਹੈ ਇਹਦੇ ਉੱਪਰ ਜੇ ਇਹ ਸਲੋ ਰਿਐਕਸ਼ਨ ਵੀ ਸਲੋ ਜੇ ਇਹ ਫਾਸਟ ਆਹ ਵਾਲੀ ਰਿਐਕਸ਼ਨ ਵੀ ਫਾਸਟ ਤੋਂ ਆਪਾਂ ਇਹਦੀ ਗੱਲ ਕਰਾਂਗੇ ਰੇਟ ਦੀ ਮਤਲਬ ਆਪਾਂ ਇਹਦੀ ਗੱਲ ਕਰਾਂਗੇ ਇਹਦੀ ਗੱਲ ਕਰਾਂਗੇ ਇਹਦੀ ਗੱਲ ਕਰਾਂਗੇ 1 ਇਨ ਦਾ ਸੇਮ ਥਿੰਗ ਤੋਂ ਅਗਰ ਆਪਾਂ ਫਲੋਰਿਨੇਸ਼ਨ ਦੀ ਗੱਲ ਕਰੀਏ ਜਦੋਂ ਆਪਾਂ ਫਲੋਰਿਨ ਦਾ ਅਟੈਕ ਕਰਵਾਨੇ ਫਲੋਰਿਨ ਦੀ ਰਿਐਕਸ਼ਨ ਕਰਾਨੇ ਅਲਕੇਨ ਦੇ ਨਾਲ ਤਾਂ ਇਹ ਦੇਖਿਆ ਗਿਆ ਵਾ ਕਿ ਨੰਬਰ ਆਫ effective collision fraction of effective collision is too high experimentally job observed kita gaya ki fraction of effective collisions between f radical and methane molecule is too high to agar fraction of effective collision zyada aaya to definitely rate of this step will be very high and if rate of this step is high then this reaction will also be very fast theek hai लेकिन एक चीज़ देखी गई है फ्लोरीनेशन बारे और ये चीज़ देखी गई है कि फ्लोरीनेशन इज़ हाईली एक्सोथर्मिक। फ्लोरीनेशन इज़ हाईली एक्सोथर्मिक, डेल्टा एच दी वैल्यू है माइनस फोर ट्वेंटी पर मोल ਜੇ ਤੁਸੀਂ ਆ ਮੀਥੇਨ ਦੇ ਉੱਪਰ ਫਲੋਰਿਨ ਦਾ ਅਟੈਕ ਕਰਾ ਰਹੇ ਹੋ F2 ਆਗਰ ਇੱਥੇ ਤਾਂ ਇਹ ਰਿਐਕਸ਼ਨ ਹਾਈਲੀ ਐਗਜ਼ੋਥਰਮਿਕਾ ਇਹਦੇ ਵਿੱਚ -427 ਕਿਲੋਜੋਲ ਪਰ ਮੋਲ ਊਰਜੀ ਨਿਕਲਦੀ ਹੈ। ਤੋਂ ਹਾਈਲੀ ਐਗਜ਼ੋਥਰਮਿਕ ਰਿਐਕਸ਼ਨ ਦਾ ਰਿਜ਼ਲਟ ਕੀ ਨਿਕਲਦਾ ਵਾ ਕਿ ਇਹ ਰਿਐਕਸ਼ਨ ਐਕਸਪਲੋਸਿਵ ਐਂਡ ਵਾਇਲੈਂਟ ਹੋ ਜਾਂਦੀ ਹੈ। ਇਟ ਮੇ ਦਾ ਰਿਐਕਸ਼ਨ ਮੇ ਐਕਸਪਲੋਡ ਇਟ ਇਜ਼ ਵੈਰੀ ਵਾਇਲੈਂਟ ਰਿਐਕਸ਼ਨ the fluorination of alkanes is usually very less carried out because it is highly exothermic due to which it can cause explosion it is very violent reaction halanki ho bahut fast jandi hai lekin violent bhi bahut zyada hai theek hai fir agar aap gall kariye chlorination di ta chlorination de case de vich jehde fraction of effective collision aa o hai ਸਾਡੇ ਕੋਲ 1 ਇਨ 40 ਜੋ ਦੇਖਿਆ ਗਿਆ 1 ਇਨ 40 ਦਾ ਮਤਲਬ ਕੀ ਆ ਕਿ ਅਗਰ 40 ਕੋਲੀਜਨਸ ਹੋ ਰਿਹਾ ਬਿਟਵੀਨ ਕਲੋਰਿਨ ਰੈਡੀਕਲ ਐਂਡ ਮੀਥੇਨ ਮੋਲੀਕਿਊਲ ਤਾਂ ਉਹਦੇ ਚੋ ਇੱਕ ਇਫੈਕਟਿਵ ਹੋ ਜਾਂਦਾ ਹੈ ਇਹ ਫਲੋਰਿਨੇਸ਼ਨ ਤੋਂ ਘਟਿਆ ठीक है इट इज़ लेस देन फ्लोरीनेशन तो ए मतलब की हो गया फिर क्लोरीनेशन की रेट फ्लोरीनेशन तो घट होएगी और यह ऑलरेडी डिस्कस कर चुके कि क्लोरीनेशन की रेट जी वो फ्लोरीनेशन तो घट आ जे ब्रोमीनेशन की गल करिए ब्रोमीनेशन के दे दे नंबर ऑफ इफेक्टिव क्वेश्चन इट इज़ वन इन टैन मिलियन 1 in 10 million matlab je 10 million 1 million is 10 to the power 6 to 10 million ki ho gaya 10 to the power 7 1 in 10 to the power 7 je 10 million collisions ho rahe sirf ikko hi effective hai vichon to tusi dekh sakde ho fraction kinni kat aandi hai 10 to the power -7 di fraction aayi sirf to that's why bromination di speed chlorination to ve cut hundi hai te je aapan iodination di gal kariye ਤਾਂ ਆਇਓਡੀਨੇਸ਼ਨ ਦੇ ਕੇਸ ਦੇ ਵਿੱਚ ਜਿਹੜੇ ਨੰਬਰ ਆਫ ਜਾਂ ਫ੍ਰੈਕਸ਼ਨ ਆਫ ਇਫੈਕਟਿਵ ਕੋਲੀਜਨ ਆ ਇਟ ਇਜ਼ 1 ਇਨ 10 ਰੇਸ ਟੂ ਪਾਵਰ 12 ਜੇ 10 ਰੇਸ ਟੂ ਪਾਵਰ 12 ਕੋਲੀਜਨਸ ਹੁੰਦੇ ਆ ਤਾਂ ਸਿਰਫ ਇੱਕੋ ਹੀ ਇਫੈਕਟਿਵ ਹੁੰਦਾ ਜਿਹੜਾ ਕਿ ਬਰੋਮੀਨੇਸ਼ਨ ਤੋਂ ਵੀ ਘਟਿਆ ਤੇ ਇਹਦਾ ਮਤਲਬ ਆਇਓਡੀਨੇਸ਼ਨ ਦੀ ਜਿਹੜੀ ਰੇਟ ਆ ਉਹ ਬਰੋਮੀਨੇਸ਼ਨ ਤੋਂ ਵੀ ਘਟਣੀ ਔਰ ਆਲਰੇਡੀ ਅਸੀਂ ਡਿਸਕਸ ਕਰ ਚੁੱਕੇ ਹਾਂ ਤੋਂ ਫ੍ਰੈਕਸ਼ਨ ਆਫ ਇਫੈਕਟਿਵ ਕੋਲੀਜਨ ਵਾਲਾ ਜਿਹੜਾ ਡੇਟਾ ਆ ਉਹ ਵੀ ਇਸੇ ਟ੍ਰੈਂਡ ਨੂੰ ਹੀ ਜਸਟੀਫਾਈ ਕਰ ਰਿਹਾ ਕਿ F2 ਵਾਲੀ ਰਿਐਕਸ਼ਨ ਜਿਹੜੀ ਹੈ ਅਲਕੇਨ ਦੇ ਨਾਲ ਉਹ ਸਭ ਤੋਂ ਫਾਸਟ ਹੋਏਗੀ ਕਿਉਂਕਿ F2 ਇਹਦਾ ਮਤਲਬ ਸਭ ਤੋਂ ਵੱਧ ਰਿਐਕਟਿਵ ਹੋ ਗਿਆ ਤੇ I2 ਵਾਲੀ ਰਿਐਕਸ਼ਨ ਸਭ ਤੋਂ ਸਲੋ ਹੋਏਗੀ ਮਤਲਬ I2 ਸਭ ਤੋਂ ਘੱਟ ਰਿਐਕਟਿਵ ਹੋ ਗਿਆ ਇੱਕ ਤਾਂ ਆਪਾਂ ਆਵਲੇ ਡੇਟਾ ਤੋਂ ਇਸ ਚੀਜ਼ ਨੂੰ ਕਨਫਰਮ ਕਰ ਲਿਆ ਇਹਦੇ ਨਾਲ ਐਡਾਪਟ ਕਰਤਾ ਅਸੀਂ ਫ੍ਰੈਕਸ਼ਨ ਆਫ ਇਫੈਕਟਿਵ ਕੋਲੀਜਨਸ ਵਾਲਾ ਡੇਟਾ ਹੁਣ ਇੱਕ ਡੇਟਾ ਹੋਰ ਹੈਗਾ ਜਿਹੜਾ ਕਿ ਇਸ ਟ੍ਰੈਂਡ ਨੂੰ ਜਸਟੀਫਾਈ ਕਰਦਾ ਉਹ ਡਾਟਾ ਹੈ ਫਾਰਮੇਸ਼ਨ ਆਫ ਐਟੈਕਸ ਹਲੋਜਨ ਐਸਿਡ ਤੁਸੀਂ ਦੇਖ ਸਕਦੇ ਹੋ ਕਿ ਸਟੈਪ 2 ਦੇ ਵਿੱਚ ਐਚ ਐਕਸ ਬਣ ਰਿਹਾ ਔਰ ਓਵਰ ਆਲ ਰਿਐਕਸ਼ਨ ਦੇ ਵਿੱਚ ਵੀ ਐਚ ਐਕਸ ਬਣ ਰਿਹਾ ਇਹਨਾਂ ਦੋਨਾਂ ਦੀ ਇਹ ਚੀਜ਼ ਵੀ ਮੈਚ ਕਰਦੀ ਹੈ ਐਚ ਐਕਸ ਇਜ਼ ਐਚ ਐਫ ਐਚ ਸੀ ਐਲ ਐਚ ਬੀ ਆਰ ਐਚ ਆਈ ਔਰ ਜਦੋਂ ਅਸੀਂ ਇਹਨਾਂ ਚਾਰਾਂ ਦੀ ਗੱਲ ਕਰੀਏ ਐਚ ਐਫ HCl HBr ਤੇ HI ਇਹਨਾਂ ਚਾਰਾਂ ਦੇ ਵਿੱਚੋਂ HF ਇਸ ਮੋਸਟ ਸਟੇਬਲ ਆ ਸਟੈਬਿਲਟੀ ਆਰਡਰ ਹੈ ਨਾ ਦਾ ਐਂਡ HI ਇਸ ਲੀਸਟ ਸਟੇਬਲ ਤੇ ਸਾਨੂੰ ਪਤਾ ਆ ਕਿ ਜਿਹੜੀ ਰਿਐਕਸ਼ਨ ਦੇ ਪ੍ਰੋਡਕਟ ਸਟੇਬਲ ਹੁੰਦੇ ਆ ਉਹ ਰਿਐਕਸ਼ਨ ਹਮੇਸ਼ਾ ਫਾਸਟ ਹੁੰਦੀ ਐ ਸੀ ਲੋਅਰ ਕਲਾਸਿਸ ਤੋਂ ਇਹ ਚੀਜ਼ ਪੜ੍ਹਦੇ ਆ ਰਹੇ ਆ ਮੋਰ ਇਸ ਦਾ ਸਟੈਬਿਲਟੀ ਆਫ ਪ੍ਰੋਡਕਟਸ ਆਫ ਅ ਰਿਐਕਸ਼ਨ ਮੋਰ ਵਿਲ ਬੀ ਇਟਸ ਰੇਟ ਤੋਂ मतलब अगर एक्स इतने फलोरीन होएगा तो इस स्टैप की स्पीड बहुत फास्ट होएगी सब तो ज़्यादा फास्ट होएगी तो जे इत आयोडीन होएगा एच एक्स क्योंकि एच एक्स स्टेबल नहीं होंगे लीस्ट स्टेबल तो इस स्टैप की स्पीड भी सब तो घट होएगी तो जे य स्पीड ज़्यादा तो स्पीड ज़्यादा ये स्पीड घट तो यीड घट इतने भी एच एक्स ही बन रहा तो यद मतलब इफ देयर इज़ एफ टू फलोरीन दैन देयर विल बी फॉर्मड एच एफ सिंस एच एफ इज़ वैरी स्टेबल Even CH3F is very stable. This reaction will be overall very fast. And for I2 here, here will form HI and CH3I. Both the products are very less stable. So this reaction will be very slow. That's why we say I2 is having least reactivity towards halogenation of alkenes, towards attack upon alkenes. So we three data like One, two, and three. ਜਿਹੜਾ ਕਿ ਰिएक्टਿਵਿਟੀ ਆਰਡਰ ਨੂੰ ਜਸਟੀਫਾਈ ਕਰਦਾ ਵਾ ਕਿ ਕਿਹੜਾ ਹੈਲੋਜਨ ਸਭ ਤੋਂ ਫਾਸਟ ਰिएक्ट ਕਰੇਗਾ ਅਲਕੇਨ ਦੇ ਨਾਲ ਤੇ ਕਿਹੜਾ ਸਭ ਤੋਂ ਸਲੋ ਰिएक्ट ਕਰੇਗਾ ਦੈਟਸ